ਨਮਸਕਾਰ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਿੰਕ ਐਜੂਕੇਸ਼ਨ ਵਿੱਚ ਤੇ ਕੱਲ ਪੀ ਟ੍ਰਿਪਲ ਐਸਬੀ ਫਾਇਰਮੈਨ ਦਾ ਐਗਜ਼ਾਮ ਹੋਇਆ ਜਿਸ ਦੀ ਜੀਕੇ ਦੀ ਅਨਸਰ ਕੀ ਅਸੀਂ ਕੱਲ ਹੀ ਅਪਲੋਡ ਕਰ ਦਿੱਤੀ ਗਈ ਸੀ ਤੇ ਅੱਜ ਆਪਾਂ ਡਿਸਕਸ ਕਰਾਂਗੇ ਇੰਗਲਿਸ਼ ਦੀ ਅਨਸਰ ਕੀ ਨੂੰ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ 100% ਜੋ ਇਹਦੇ ਕੁਐਸਚਨ ਨੇ ਉਹਨਾਂ ਦੇ ਅਨਸਰ ਸਹੀ ਹੋਣਗੇ ਤੇ ਤੁਸੀਂ ਆਪਣੇ ਐਗਜ਼ਾਮ ਨਾਲ ਇਹਨਾਂ ਜੋ ਕੁਐਸਚਨ ਦੇ ਅਨਸਰ ਨੂੰ ਮਿਲਾ ਸਕਦੇ ਹੋ ਤੇ ਆਪਣਾ ਜੋ ਸਕੋਰ ਹੈ ਉਹ ਜਾਣ ਸਕਦੇ ਹੋ ਤਾਂ ਬੜੀ ਜਾਂਚਣ ਤੋਂ ਪਰਖਣ ਤੋਂ ਬਾਅਦ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਡਿਸਕਸ ਕਰਨ ਤੋਂ ਬਾਅਦ ਹੀ ਤੁਹਾਡੇ ਸਾਹਮਣੇ ਅਨਸਰ ਕੀ ਲੈ ਕੇ ਆਏ ਆਂ ਕੱਲ ਦੀ بجائے ਅੱਜ ਲੈ ਕੇ ਆਏ ਆਂ ਕਾਰਨ ਇਹ ਹੈ ਕਿ ਕੋਈ ਵੀ ਕੁਐਸਚਨ ਦਾ ਅਨਸਰ ਗਲਤ ਨਾ ਦੱਸਿਆ ਜਾਵੇ ਤਾਂ 100% ਸਹੀ ਕੁਐਸਚਨ ਦੀ ਅਸੀਂ ਤੁਹਾਨੂੰ ਵਿਸ਼ਵਾਸ ਦਿਲਾਉਣਾ ਚਾਹੁੰਦੇ ਆਂ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਦੇਖਿਓ ਸਭ ਤੋਂ ਪਹਿਲਾ ਜੋ ਕੁਐਸਚਨ ਸੀ ਉਹਦੇ ਵਿੱਚ ਅਪੋਜ਼ਿਟ ਵਰਡ ਪੁੱਛਿਆ ਗਿਆ ਸੀ ਦੀ ਜੋ ਪਹਿਲਾ ਵਰਡ ਸੀ ਜਿਹਦਾ ਆਪਾਂ ਨੇ ਆਪੋਜੀਟ ਦੱਸਣਾ ਸੀ ਉਹ ਸੀ ਅਡੇਰ ਤਾਂ ਉਹਦਾ ਮਤਲਬ ਹੁੰਦਾ ਮੰਨਣਾ ਜਾਂ ਮੰਨਣਾ ਮੰਨਣਾ ਗੱਲ ਮੰਨਣਾ ਜਾਂ ਕੁਝ ਵੀ ਮੰਨਣਾ ਤਾਂ ਉਹਦਾ ਆਪੋਜੀਟ ਦੱਸਣਾ ਸੀ ਠੀਕ ਹੈ ਓਬੀ ਮੈਨੇ ਵੀ ਹੁੰਦਾ ਮੰਨਣਾ ਫੋਲੋ ਮੈਨੇ ਵੀ ਹੁੰਦਾ ਫਿਰ ਨੂੰ ਫੋਲੋ ਕਰਨਾ ਸਟੈਂਡ ਬਾਈ ਵੀ ਹੁੰਦਾ ਜਿਵੇਂ ਦੀ ਗੱਲ ਹੈ ਉਮੀਦਦਾਰ ਰਹਿਣਾ ਪਰ ਜੇ ਆਪਾਂ ਇਗਨੋਰ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਹੀ ਅਪੋਜੀਟ ਹੈ ਇਗਨੋਰ ਹੁੰਦਾ ਕਿਸੇ ਨੂੰ ਅਣਦੇਖਾ ਕਰਨਾ ਠੀਕ ਹੈ ਉਹ ਤੋਂ ਅੱਗੇ ਹੈ ਰੀਪੀਲ ਉਹਦਾ ਮਤਲਬ ਹੁੰਦਾ ਹੈ ਦੂਰ ਕਰਨਾ ਠੀਕ ਹੈ ਦੂਜਾ ਕੁਐਸਚਨ ਆਪਾਂ ਇੰਗਲਿਸ਼ ਦੇ ਸੈਕਸ਼ਨ ਵਿੱਚ ਦੂਜਾ ਕੁਐਸਚਨ ਦੇਖਦੇ ਹਾਂ ਰੀਪੀਲ ਉਹਦਾ ਮਤਲਬ ਹੁੰਦਾ ਹੈ ਦੂਰ ਕਰਨਾ ਠੀਕ ਹੈ ਇਹਦਾ ਆਪਾਂ ਨੇ ਕੀ ਦੱਸਣਾ ਹੈ ਅਪੋਜੀਟ ਦੱਸਣਾ ਸੀ ਤਾਂ ਇਹਦਾ ਆਪੋਜ਼ਿਟ ਹੋਊਗਾ ਅਟਰੈਕਟ ਅਟਰੈਕਟ ਹੁੰਦਾ ਹੈ ਆਕਰਸ਼ਿਤ ਕਰਨਾ ਕਿਸੇ ਨੂੰ ਆਪਣੀ ਤਰਫ ਆਕਰਸ਼ਿਤ ਕਰਨਾ ਜਾਂ ਕਿਸੇ ਕੋਈ ਚੀਜ਼ ਕਿਸੇ ਦੂਸਰੀ ਚੀਜ਼ ਨੂੰ ਆਕਰਸ਼ਿਤ ਕਰ ਰਹੀ ਹੈ ਤਾਂ ਉਹ ਇਸਦਾ ਆਪੋਜ਼ਿਟ ਹੈ ਜੇ ਆਪਾਂ ਹੁਣ ਕਰੀਏ ਗੱਲ 3 ਦੀ ਤਾਂ ਉਹ ਦੱਸਣਾ ਸੀ ਆਪਾਂ ਨੇ ਵਨ ਵਰਡ ਵਨ ਵਰਡ ਦੱਸਣਾ ਸੀ ਜੋ ਪਹਿਲਾਂ ਸੀ ਕਿ ਸਟਡੀ ਆਫ ਪlant ਦਾ ਸਟਡੀ ਆਫ ਪlant ਨੂੰ ਵਨ ਵਰਡ ਵਿੱਚ ਡਿਸਕ੍ਰਾਈਬ ਕਰਨਾ ਸੀ ਤਾਂ ਉਹ ਉਹਦਾ ਰਾਈਟ ਆਨਸਰ ਹੋਊਗਾ ਆਪਣਾ ਉਹਦਾ ਰਾਈਟ ਆਨਸਰ ਹੋਊਗਾ ਬੋਟਨੀ ਠੀਕ ਹੈ ਇੱਥੇ ਲਿਖਿਆ ਨਹੀਂ ਗਿਆ ਉਹਦਾ ਰਾਈਟ ਆਨਸਰ ਹੋਊਗਾ ਬੋਟਨੀ ਬਹੁਤ ਸਾਰਿਆਂ ਨੇ ਬਾਇਓਲੋਜੀ ਲਾਇਆ ਬਾਇਓਲੋਜੀ ਕਿਉਂ ਨਹੀਂ ਇਹਦਾ ਰਾਈਟ ਆਨਸਰ ਆਊਗਾ ਕਿਉਂਕਿ ਬਾਇਓਲੋਜੀ ਵਿੱਚ ਅਸੀਂ ਐਨੀਮਲ ਕਿੰਗਡਮ ਵੀ ਪੜ੍ਹਦੇ ਆਂ ਤੇ ਪਲਾਂਟ ਕਿੰਗਡਮ ਵੀ ਪੜ੍ਹਦੇ ਆਂ ਤੇ ਸਪੈਸ਼ਲੀ ਆਪਣੇ ਤੋਂ ਪਲਾਂਟ ਕਿੰਗਡਮ ਪੁੱਛਿਆ ਗਿਆ ਤਾਂ ਬੋਟਨੀ ਉਹਦਾ ਰਾਈਟ ਆਨਸਰ ਆਊਗਾ ਉਤੋਂ ਬਾਅਦ ਕੁਐਸਚਨ ਹੈ ਆ ਡਿਜ਼ੀਜ਼ ਵਿਚ ਸਪਰੈਡ ਬਾਈ ਕੰਡਕਟ ਤਾਂ ਉਹਦਾ ਹੋਊਗਾ ਕੌਂਟਾਜੀਅਸ ਕੌਂਟਾਜੀਅਸ ਹੋਊਗਾ ਆ ਡਿਜ਼ੀਜ਼ ਵਿਚ ਸਪਰੈਡ ਬਾਇ ਦਾ ਕੰਡਕਟ ਅ ਉਤੋਂ ਅਗਲਾ ਕੁਐਸਚਨ ਹੈ ਅ ਸਪੈਲ ਸਪਿਲ ਦਾ ਮੀਨਸ ਸਪਿਲ ਦਾ ਮੀਨਸ ਮਤਲਬ ਕਿ ਕਿਸੇ ਸਿਕਰਟ ਨੂੰ ਰਿਵੀਲ ਕਰਨਾ ਤਾਂ ਇਹਦਾ ਜੋ ਰਾਈਟ ਆਨਸਰ ਆਊਗਾ ਅ ਉਹ ਹੋਊਗਾ ਇਹ ਤੁਸੀਂ ਦੇਖ ਸਕਦੇ ਹੋ ਟੂ ਰਿਵੀਲ ਅ ਸਿਕਰਟ ਟੂ ਰੀਵੀਲ ਸੀਕਰਟ ਮੀਨਸ ਕਿ ਕਿਸੇ ਸੀਕਰਟ ਨੂੰ ਰਿਵੀਲ ਕਰਨਾ ਉਹ ਤੋਂ ਅਗਲੇ ਆਪਾਂ ਛੇਵਾਂ ਕੁਐਸਚਨ ਦੇਖਦੇ ਹਾਂ ਅ ਥਰੋ ਅ ਜੋ ਛੇਵਾਂ ਕੁਐਸਚਨ ਹੈ ਉਹ ਹੈ ਥਰੋ ਥਿਕ ਐਂਡ ਥਿਨ ਥਰੋ ਥਿਕ ਐਂਡ ਥਿਨ ਈਡੀਮੈਂਸ ਫਰੇਜ਼ ਨੇ ਇਹਦਾ ਆਪਾਂ ਨੇ ਦੱਸਣਾ ਥਰੋ ਥਿਕ ਐਂਡ ਥਿਨ ਤਾਂ ਇਹਦਾ ਹੁੰਦਾ ਹੈ ਕਿ ਹਰ ਵਕਤ ਚੰਗੇ ਅਤੇ ਮਾੜੇ ਦੋਨੋਂ ਸਮਿਆਂ ਦੀ ਗੱਲ ਹੁੰਦੀ ਹੁੰਦੀ ਹੈ ਇੱਥੇ ਤਾਂ ਆਪਾਂ ਜਿਹੜਾ ਰਾਈਟ ਆਨਸਰ ਆਊਗਾ ਆਪਸ਼ਨ ਬੀ at all time both good good and bad ਠੀਕ ਹੈ at all time both good and bad ਤਾਂ ਆਪਸ਼ਨ ਨਾ ਤੁਸੀਂ ਲਾਓ ਬਲਕਿ ਜੋ ਇਹਦਾ ਰਾਈਟ ਆਨਸਰ ਹੈ ਮੈਂ ਤੁਹਾਨੂੰ ਉਹ ਬੋਲ ਰਿਹਾ ਕਿਉਂਕਿ ਆਪਸ਼ਨ ਉੱਪਰ ਥੱਲੇ ਹੋ ਸਕਦੇ ਨੇ ਇਹ ਟਾਈਪ ਕੀਤਾ ਗਿਆ ਮੇਰੇ ਮੇਰੇ ਦੁਆਰਾ ਇਹ ਐਗਜ਼ਾਮ ਨੂੰ ਤਾਂ ਉਹਦੇ ਵਿੱਚ ਜੋ ਇਹਨਾਂ ਦੇ ਆਪਸ਼ਨ ਨੇ ਉੱਪਰ ਥੱਲੇ ਹੋ ਸਕਦੇ ਨੇ ਇਹਦੇ ਵੀ ਬਟਕਟ ਚਾਂਸ ਨੇ ਬਟ ਹੋ ਸਕਦੇ ਨੇ ਤਾਂ ਤੁਸੀਂ ਆਨਸਰ ਨੂੰ ਹੀ ਮੈਚ ਕਰੋ ਠੀਕ ਹੈ ਉਸ ਤੋਂ ਬਾਅਦ ਹੈ Correct grammatically correct sentence grammatically in grammatically correct sentences ਜਿਸਨੂੰ ਆਪਾਂ ਨੇ ਉਹ ਆਪਾਂ ਨੇ ਥੋੜਾ ਸਟਾਰਟ ਕਰਨਾ ਸੀ roast ਤੋਂ ਨਹੀਂ roast ਤੋਂ ਸਟਾਰਟ ਕਰਨਾ ਸੀ roast ਤੋਂ ਸਟਾਰਟ ਕਰਨ ਤੋਂ ਬਾਅਦ ਆਪਾਂ ਨੇ ਸਟਾਰਟ ਕਰਨਾ ਸੀ ਇੱਥੇ ਸੇਮ ਸੀ ਕਿਉਂਕਿ ਜਿਹੜਾ roast ਸੀ ਉਹ ਡਾਰਕ ਕੀਤਾ ਹੋਇਆ ਸੀ एग्जाम ਵਿੱਚ ਠੀਕ ਹੈ ਆਪਾਂ ਨੇ ਮੇਰੇ ਕਹਿਣ ਦਾ ਭਾਵ ਹੈ ਕਿ roast ਤੋਂ ਲੈ ਕੇ ਇੱਥੇ ਤੱਕ ਆਪਾਂ ਇਹਨੂੰ ਕਰੈਕਟ ਕਰਨਾ ਸੀ ਤਾਂ ਜੋ ਇਹਦਾ ਰਾਈਟ ਆਨਸਰ ਆਊਗਾ ਵਰਸ ਵਰਸ ਦੈਨ ਆਈ ਹੈਡ ਐਕਸਪੈਕਟਿਡ ਵਰਸ ਦੈਨ ਆਈ ਹੈਡ ਐਕਸਪੈਕਟਿਡ ਇਹਦਾ ਰਾਈਟ ਆਨਸਰ ਹੋਊਗਾ ਉਹ ਤੋਂ ਬਾਅਦ ਹੈ ਆਪਾਂ ਨੇ கரੈਕਟ ਸਪੈਲਟ ਵਰਡ ਦੱਸਣਾ ਸੀ ਮੀਨਸ ਕੀ ਸਪੈਲਿੰਗ ਕਰੈਕਟ ਦੱਸਣੀ ਸੀ ਉਥੇ ਬੈਨੀਫੀਸ਼ੀਅਲੀ ਬੈਨੀਫੀਸ਼ੀਅਲ ਰਿਲੇਟਡ ਚਾਰ ਵਰਡ ਸੀ ਉਹਨਾਂ ਵਿੱਚੋਂ ਆਪਾਂ ਨੇ ਇੱਕ ਰਾਈਟ ਦੱਸਣਾ ਸੀ ਜੋ ਕਿ ਜਿਹਦੀ ਸਪੈਲਿੰਗ ਹੋਊਗੀ V E N E F I C I A L V E N E F I C I A L ਤਾਂ ਇਹ ਦਾ ਰਾਈਟ ਜੋ ਸਪੈਲਿੰਗ ਹੋਊਗੀ ਬੈਨੀਫੀਸ਼ੀਅਲ ਦੀ ਤਾਂ ਜੋ ਇਹਦਾ ਰਾਈਟ ਆਨਸਰ ਆਊਗਾ ਉਹ ਬੈਨੀਫੀਸ਼ੀਅਲ ਆਊਗਾ ਉਦੋਂ ਅਗਲਾ 9th ਕੁਐਸਚਨ ਸੀ ਨੈਚੁਰਲ ਗੈਸ ਡੈਸ਼ ਦੈਨ ਔਇਲ ਠੀਕ ਹੈ ਸਭ ਨੂੰ ਪਤਾ ਹੈ ਇਹ ਕੰਪੈਰੀਟਿਵ ਡਿਗਰੀ ਵਿੱਚ ਆਉਂਦਾ ਹੈ ਕੰਪੇਅਰ ਹੋ ਰਹੀਆਂ ਨੇ ਦੋ ਚੀਜ਼ਾਂ ਕਿ ਜੋ ਨੈਚੁਰਲ ਗੈਸ ਹੈ ਉਹ ਸਸਤੀ ਹੈ ਕੀ ਤੋਂ ਔਇਲ ਤੋਂ ਤਾਂ ਜੋ ਇਹਦਾ ਰਾਈਟ ਆਨਸਰ ਆਊਗਾ ਉਹ ਚੀਪਰ ਆਊਗਾ ਤਾਂ ਜੋ ਕੰਪੇਅਰ ਕੰਪੈਰੀਜ਼ਨ ਕਰਦੇ ਆ ਤਾਂ ਈ ਆਰ ਲੱਗਦਾ ਉਹਦੇ ਪਿੱਛੇ ਠੀਕ ਹੈ ਉਸ ਤੋਂ ਬਾਅਦ ਹੈ ਆਪਣਾ 10ਵਾਂ ਕੁਐਸਚਨ ਹੈ ਪ੍ਰੀਆ ਡੈਸ਼ ਓਵਰਟਾਈਮ ਫੋਰ ਦਾ ਲਾਸਟ 2 ਵੀਕ ਪ੍ਰੀਆ ਡੈਸ਼ ਓਵਰਟਾਈਮ ਫੋਰ ਦਾ ਲਾਸਟ 2 ਵੀਕ ਇਹਦਾ ਆਊਗਾ ਜਦੋਂ ਲਾਸਟ 2 ਵੀਕ ਹੈ ਤਾਂ ਆਊਗਾ ਹੈਜ਼ ਬੀਨ ਵਰਕਿੰਗ ਹੈਜ਼ ਬੀਨ ਵਰਕਿੰਗ ਆਊਗਾ ਦਾ ਰਾਈਟ ਆਨਸਰ ਉਸ ਤੋਂ ਬਾਅਦ ਹੈ ਸੇਮ ਮੀਨਿੰਗ ਦੱਸਣਾ ਆਪਾਂ ਨੇ ਜੋ ਪਹਿਲਾ ਸੀ ਅਬੈਂਡਨ ਅਬੈਂਡਨ ਦੱਸਣਾ ਹੈ ਅਬੈਂਡਨ ਮੀਨਸ ਹੁੰਦਾ ਹੈ ਤਿਆਗ ਤਿਆਗ ਦੇਣਾ ਕਿਸੇ ਨੂੰ ਠੀਕ ਹੈ ਕੀਪ ਮੈਨ ਵੀ ਰੱਖਣਾ ਹੁੰਦਾ ਹੈ ਚੀਅਰਸ ਮੈਨ ਐ ਇੰਜੋਏ ਕਰਨਾ ਹੁੰਦਾ ਹੈ ਜਾਂ ਕਿਸੇ ਵੀ ਪਾਰਟੀ ਚ ਆਪਾਂ ਚੀਅਰਸ ਕਰਦੇ ਆ ਉਹ ਹੁੰਦਾ ਹੈ ਇਨਲਾਰਜ ਵੱਡਾ ਹੁੰਦਾ ਤਾਂ ਜੋ ਫੋਰ ਸ਼ੇਕ ਹੈ ਉਹ ਇਹਦਾ ਰਾਈਟ ਆਨਸਰ ਹੋਊਗਾ ਉਸ ਤੋਂ ਬਾਅਦ ਹੈ ਡਿਲੀਜੈਂਟ ਡਿਲੀਜੈਂਟ ਹੁੰਦਾ ਹੈ ਮਿਹਨਤੀ ਤਾਂ ਮਿਹਨਤੀ ਦਾ ਹਾਰਡ ਵਰਕ ਆਊਗਾ ਸਭ ਨੂੰ ਪਤਾ ਹੈ ਕਿ ਹਾਰਡ ਵਰਕਿੰਗ ਇਹਦਾ ਰਾਈਟ ਆਨਸਰ ਆਊਗਾ ਉਤੋਂ ਆਪਣੇ ਇਹ 12 ਕੁਐਸਚਨ ਸੀ ਮੇਰੇ ਸਾਬ ਨਾਲ ਤੁਹਾਨੂੰ ਸਾਰੇ ਕਲੀਅਰ ਹੋ ਚੁੱਕੇ ਹਨ ਅਗਰ ਤੁਸੀਂ ਦੁਬਾਰਾ ਕੋਈ ਕੁਐਸਚਨ ਰਹਿੰਦਾ ਤੁਹਾਡਾ ਮਿਲਣਾ ਤਾਂ ਦੁਬਾਰਾ ਇਸ ਵੀਡੀਓ ਨੂੰ ਦੇਖ ਸਕਦੇ ਹੋ ਆਦੀ ਵੀਡੀਓ ਵੇਖਣਾਈ ਧੰਨਵਾਦ ਦੋਸਤੋ